हेलो ऑल ऑफ यू, आई होप कि तुसी सारे जने ठीक ठाक होवोगे। अज दा अपना जिहड़ा टॉपिक है जी, अज दी अपनी जो थ्यूरी है जी, ये आपां कंप्लीट करांगे जी इस वीडियो दे विच। ये टॉपिक ते ये थ्यूरी संबंधित है जी तुहाडे पीएस टेट दे नाल। पीएस टेट दा सब्जेक्ट हैगा जी सीडीपी, चाइल्ड डिवेलपमेंट एंड पैंडागोजी। उहदे नाल संबंधित ये ਟੋਪਿਕ ਹੈ ਜੀ। ਸੋ ਤੁਹਾਨੂੰ ਪਤਾ ਹੀ ਹੈ ਜੀ, ਆਪਾਂ ਸੀ ਡੀ ਪੀ ਦੇ ਨਾਲ ਸੰਬੰਧਿਤ ਸਾਰੀਆਂ ਦੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਕਵਰ ਹੈ ਉਹ ਕਰ ਰਹੇ ਹਾਂ। ਮੇਰਾ ਮਕਸਦ ਸਿਰਫ ਤੁਹਾਡੀ ਹੈਲਪ ਕਰਨਾ, ਸੋ ਤੁਹਾਡੀ ਹੈਲਪ ਹੋਵੇਗੀ। ਸੋ ਅਤੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਵਟਸਐਪ ਗਰੁੱਪ ਦੇ ਵਿੱਚ। ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਦੀ ਨਾਲ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਜਿਹੜੇ ਨੋਟੀਫਿਕੇਸ਼ਨ ਹੈ ਜੀ ਉਹ ਤੁਹਾਡੇ ਤੱਕ ਜਿਹੜੇ ਪਹੁੰਚ ਸਕਣ। ਅਤੇ ਕਮੈਂਟ ਕਰਕੇ ਜ਼ਰੂਰ ਮੈਨੂੰ ਦੱਸ ਦਿਆ ਕਰੋ ਜੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ, ਕਿਉਂਕਿ ਮੈਨੂੰ ਮੋਟੀਵੇਸ਼ਨ ਮਿਲਦਾ ਤੁਹਾਡੇ ਕਮੈਂਟਸ ਤੋਂ, ਤੁਹਾਡੇ ਲਾਈਕ ਤੋਂ। ਸੋ ਫਸਟ ਆਪਾਂ ਜਿਹੜਾ ਸਟਾਰਟ ਕਰ ਲੈਂਦੇ ਹਾਂ ਜੀ, ਥਿਊਰੀ ਦਾ ਨਾਮ ਹੈ ਜੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ, ਪੱਲਵ ਦੀ ਹੈ ਜੀ, ਪੱਲਵ ਦੀ ਥਿਊਰੀ ਹੈ ਜੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ। ਕਲਾਸੀਕਲ ਕੰਡੀਸ਼ਨਿੰਗ ਥਿਊਰੀ ਹੈ ਜੀ ਪੱਲਵ ਦੀ, ਜਿਹੜੀ ਇਹ ਥਿਊਰੀ ਹੈ ਜੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ, ਠੀਕ ਹੈ ਜੀ। ਇਹਨੂੰ ਆਪਾਂ ਸਟਾਰਟ ਕਰਦੇ ਹਾਂ ਜੀ। ਸੋ ਪੱਲਵ ਕੀ ਕਹਿੰਦਾ ਜੀ, ਇਹ ਕਹਿੰਦਾ ਜੀ, ਇਹ ਕਹਿੰਦਾ ਕਿ ਜੇ ਤੁਸੀਂ ਬੱਚੇ ਨੂੰ ਸਿਖਾਉਣਾ ਹੈ ਤਾਂ ਬੱਚੇ ਨੂੰ ਕੰਡੀਸ਼ਨ ਵਿੱਚ ਪਾ ਕੇ ਤੁਸੀਂ ਜਿਹੜਾ ਸਿਖਾ ਸਕਦੇ ਹੋ। ਕਹਿੰਦਾ ਕਿ ਜੇਕਰ ਤੁਸੀਂ ਜਿਹੜਾ ਬੱਚੇ ਨੂੰ ਸਿਖਾਉਣਾ ਚਾਹੁੰਦੇ ਹੋ ਨਾ, ਤਾਂ ਬੱਚੇ ਨੂੰ ਕੰਡੀਸ਼ਨ ਦੇ ਵਿੱਚ ਪਾਓ। ਇਹ ਕਹਿੰਦਾ ਹੈ ਕਿ ਜੇ ਤੁਸੀਂ ਬੱਚੇ ਨੂੰ ਸਿਖਾਉਣਾ ਹੈ ਤਾਂ ਬੱਚੇ ਨੂੰ ਕੰਡੀਸ਼ਨ ਵਿੱਚ ਪਾ ਕੇ ਜਿਹੜਾ ਤੁਸੀਂ ਸਿਖਾ ਸਕਦੇ ਹੋ, ਬੱਚੇ ਨੂੰ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਓ, ਠੀਕ ਹੈ। ਇਹ ਕਹਿੰਦਾ ਹੈ ਕਿ ਜੇ ਤੁਸੀਂ ਬੱਚੇ ਨੂੰ ਕੁਝ ਸਿਖਾਉਣਾ ਹੈ, ਕੁਝ ਨਵਾਂ ਸਿਖਾਉਣਾ, ਤਾਂ ਕੰਡੀਸ਼ਨ ਦੇ ਵਿੱਚ ਪਾਓ, ਬੱਚੇ ਨੂੰ ਫਿਰ ਹੀ ਜਾ ਕੇ ਜਿਹੜਾ ਬੱਚਾ ਹੈ ਉਹ ਕੁਝ ਸਿੱਖ ਪਾਵੇਗਾ। ਅਕੋਰਡਿੰਗ ਟੂ ਪੱਲਵ, ਇਨਸਾਨ ਨੂੰ ਕੰਡੀਸ਼ਨ ਦੇ ਵਿੱਚ ਪਾ ਕੇ ਜਿਹੜਾ ਸਿਖਾਇਆ ਉਹ ਜਾ ਸਕਦਾ। ਇੱਥੇ ਕੰਡੀਸ਼ਨ ਦੀ ਗੱਲ ਹੋਈ ਹੈ ਕਿ ਇੱਕ ਕੰਡੀਸ਼ਨ ਦੇ ਰਾਹੀਂ, ਇੱਕ ਦੇ ਰਾਹੀਂ ਜਿਹੜਾ ਉਹਨੂੰ ਜਿਹੜਾ ਸਿਖਾਇਆ ਜਾਵੇ। ਆਪਾਂ ਗੱਲ ਕਰਾਂਗੇ ਕੰਡੀਸ਼ਨ ਕਿਵੇਂ ਹੈ, ਕਿਸ ਤਰੀਕੇ ਦੀ ਕੰਡੀਸ਼ਨ, ਸੋ ਉਹ ਸਭ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ। ਬਸ ਇਹ ਤਾਂ ਤੁਸੀਂ ਇੰਨਾ ਹੀ ਇੱਕ ਵਾਰੀ ਸਮਝੋ ਕਿ ਇਨਸਾਨ ਨੂੰ ਜਿਹੜਾ ਕੰਡੀਸ਼ਨ ਦੇ ਵਿੱਚ ਜਿਹੜਾ ਪਾ ਕੇ ਜਿਹੜਾ ਸਿਖਾਉਣਾ ਹੈ। ਹੁਣ ਆਪਾਂ ਇਹਦੀ ਗੱਲ ਕਰਦੇ, ਇਹਨੇ ਐਕਸਪੈਰੀਮੈਂਟ ਇੱਕ ਕੀਤਾ ਸੀ, ਐਕਸਪੈਰੀਮੈਂਟ ਕੀਤਾ ਸੀ ਇਹਨਾਂ ਨੇ ਡੋਗ 'ਤੇ ਕੀਤਾ ਸੀਗਾ ਜੀ। ਇਹਨਾਂ ਨੇ ਕੀ ਕੀਤਾ ਜੀ, ਐਕਸਪੈਰੀਮੈਂਟ ਕੀਤਾ ਡੋਗ 'ਤੇ। ਇੱਕ ਡੋਗ ਨੂੰ ਇੱਕ ਪਿੰਜਰੇ ਦੇ ਵਿੱਚ ਉਹਨਾਂ ਨੇ ਕੀ ਕੀਤਾ ਜੀ, ਮਸ਼ੀਨ ਦੇ ਉੱਪਰ ਜਿਹੜਾ ਬੰਨ ਦਿੱਤਾ, ਠੀਕ ਹੈ। ਜਿਹੜਾ ਡੋਗ ਸੀਗਾ ਜੀ ਉਹਦੀ ਜਿਹੜੇ ਮੂੰਹ ਦੇ ਵਿੱਚ ਜਿਹੜੀ ਇਹ ਪਾਈਪ ਹੈ ਉਹ ਫਿੱਟ ਕਰ ਦਿੱਤੀ, ਅਤੇ ਪਾਈਪ ਜਿਹੜੀ ਉਹ ਬਰਤਨ ਦੇ ਵਿੱਚ ਲਗਾ ਦਿੱਤੀ। ਡੋਗ ਦੇ ਸਾਹਮਣੇ ਜਿਹੜਾ ਫੂਡ ਹੈ ਉਹ ਰੱਖ ਦਿੱਤਾ, ਡੋਗ ਦੀਆਂ ਜਿਹੜੀਆਂ ਲਾਲਾਂ ਸੀਗੀਆਂ, ਠੀਕ ਹੈ, ਜਿਹੜੇ ਲਾਰ ਬਣ ਰਹੀ ਸੀ, ਹੈ ਨਾ, ਲਾਰ ਸੀ ਜਿਹੜੀ, ਹੈ ਨਾ, ਡੋਗ ਦੀ ਜਿਹੜੀ ਲਾਰ ਸੀਗੀ, ਠੀਕ ਹੈ, ਉਹ ਡਿੱਗਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ, ਠੀਕ ਹੈ, ਜਿਸਨੂੰ ਕੀ ਕਹਿੰਦੇ ਆ, ਸਲੀਵਾ ਕਹਿੰਦੇ ਆ, ਲਾਰਵਾ ਜਿਹੜਾ ਕਿਹਾ ਜਾਂਦਾ ਹੈ, ਠੀਕ ਹੈ। ਡੋਗ ਉਤੇਜਕ ਹੋ ਰਿਹਾ ਸੀ, ਉਹਨੂੰ ਜਿਹੜਾ ਸੀ ਸਿਟਮਲਜ਼ ਹੋ ਰਿਹਾ ਸੀ, ਉਹਨਾਂ ਸਿਟਮਲਜ਼ ਹੋ ਰਿਹਾ ਸੀ, ਉਹ ਉਤੇਜਕ ਹੋ ਰਿਹਾ ਸੀ। ਕਿਉਂ ਉਤੇਜਕ ਹੋ ਰਿਹਾ ਸੀ, ਕਿਉਂਕਿ ਉਹ ਭੁੱਖਾ ਸੀ ਤਾਂ ਉਹਦੇ ਸਾਹਮਣੇ ਹੁਣ ਜਿਹੜਾ ਫੂਡ ਰੱਖ ਦਿੱਤਾ ਸੀਗਾ, ਠੀਕ ਹੈ। ਇੱਕ ਡੋਗ ਸੀ, ਉਹਨੂੰ ਕੀ ਕੀਤਾ, ਮਸ਼ੀਨ 'ਤੇ ਬੰਨ ਦਿੱਤਾ, ਮੂੰਹ ਦੇ ਵਿੱਚ ਉਹਦੇ ਜਿਹੜੀ ਪਾਈਪ ਆ ਉਹ ਫਿੱਟ ਕਰ ਦਿੱਤੀ, ਉਹ ਬਰਤਨ ਦੇ ਵਿੱਚ ਲਗਾ ਦਿੱਤੀ, ਡੋਗ ਦੇ ਸਾਹਮਣੇ ਫੂਡ ਰੱਖ ਦਿੱਤਾ, ਅਤੇ ਫੂਡ ਨੂੰ ਦੇਖਦੇ ਨੇ ਉਹਦੀ ਖੁਸ਼ਬੂ ਦੇ ਨਾਲ ਉਹਦੇ ਮੂੰਹ ਦੇ ਵਿੱਚ ਜਿਹੜੀ ਲਾਰ ਸੀ ਉਹ ਡਿੱਗਣ ਲੱਗ ਪਈ, ਜਿਸ ਨੂੰ ਸਲੀਵਾ ਜਾਂ ਲਾਰਵਾ ਕਿਹਾ ਜਾਂਦਾ ਹੈ। ਕਿਉਂ ਡਿੱਗ ਰਹੀ ਸੀ, ਕਿਉਂਕਿ ਡੋਗ ਜਿਹੜਾ ਉਹ ਉਤੇਜਕ ਹੋ ਰਿਹਾ ਸੀਗਾ, ਠੀਕ ਹੈ, ਉਹ ਸਿਟਮਲਜ ਹੋ ਰਿਹਾ ਸੀਗਾ। ਸਟੈਪ 2 ਦੇ ਵਿੱਚ ਹੁਣ ਉਹਨਾਂ ਨੇ ਕੀ ਕੀਤਾ, ਇਹ ਤਾਂ ਸਟੈਪ 1 ਸੀ, ਸਟੈਪ 2 ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਡੋਗ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੇ ਰੱਖਿਆ,
ਠੀਕ ਹੈ। ਤੇ ਜਦੋਂ ਫੂਡ ਰੱਖਿਆ ਨਾ, ਉਦੋਂ ਉਹਨਾਂ ਨੇ ਘੰਟੀ ਵਜਾਈ ਡੂਗ ਨੂੰ, ਡੋਗ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੇ ਰੱਖਿਆ, ਘੰਟੀ ਵਜਾ ਕੇ ਜਿਹੜਾ ਫੂਡ ਆ ਉਹ ਰੱਖਿਆ ਜਾਂਦਾ। ਸੋ ਡੋਗ ਦਾ ਫਿਰ ਜਿਹੜਾ ਲਾਰਵਾ ਉਸੇ ਤਰ੍ਹਾਂ ਹੀ ਜਿਹੜਾ ਨਿਕਲਦਾ, ਵਾਰ ਵਾਰ ਅਜਿਹਾ ਜਿਹੜਾ ਕੀਤਾ ਜਾਂਦਾ ਹੈ। ਸੇਮ ਉਦਾਂ ਹੀ ਪ੍ਰੋਸੈਸ, ਘੰਟੀ ਵਜਾ ਕੇ ਫੂਡ ਰੱਖ ਦਿੱਤਾ ਜਾਂਦਾ ਤੇ ਡੋਗ ਦੇ ਜਿਹੜਾ ਮੂੰਹ ਦੇ ਵਿੱਚ ਜਿਹੜਾ ਲਾਰਵਾ ਹੈ ਉਹ ਨਿਕਲਣ ਲੱਗ ਜਾਂਦਾ, ਤੇ ਅਜਿਹਾ ਜਿਹੜਾ ਵਾਰ ਵਾਰ ਕੀਤਾ ਜਾਂਦਾ, ਵਾਰ ਵਾਰ ਹੀ ਜਿਹੜਾ ਕੀਤਾ ਉਹ ਜਾਂਦਾ, ਰਿਪੀਟ ਕੀਤਾ ਜਾਂਦਾ ਇਸ ਚੀਜ਼ ਨੂੰ। ਸੋ ਸਟੈਪ ਥਰਡ ਦੇ ਵਿੱਚ ਜੇ ਗੱਲ ਕਰੀਏ ਤਾਂ ਫਿਰ ਸੇਮ ਜਿਹੜਾ ਬੰਨਿਆ ਜਾਂਦਾ ਹੈ, ਠੀਕ ਹੈ, ਡੋਗ ਨੂੰ, ਠੀਕ ਹੈ, ਫਿਰ ਬੈਲ ਵਜਾਈ ਜਾਂਦੀ ਹੈ। ਪਰ ਉਸ ਟਾਈਮ ਦੇ ਵਿੱਚ ਕੀ ਹੈ, ਫੂਡ ਨਹੀਂ ਰੱਖਿਆ ਜਾਂਦਾ, ਭੋਜਨ ਹੈ ਜਿਹੜਾ ਫੂਡ ਆ ਉਹ ਨਹੀਂ ਰੱਖਿਆ ਜਾਂਦਾ, ਠੀਕ ਹੈ। ਫਿਰ ਵੀ ਕੀ ਹੁੰਦਾ ਜੀ, ਡੋਗ ਦਾ ਜਿਹੜਾ ਲਾਰਵਾ ਹੈ ਉਹ ਜਿਹੜਾ ਬਾਹਰ ਨਿਕਲਿਆ। ਫਿਰ ਵੀ ਕੀ ਹੋਇਆ ਕਿ ਡੋਗ ਦਾ ਲਾਰਵਾ ਬਾਹਰ ਨਿਕਲਿਆ, ਭਾਵੇਂ ਫੂਡ ਨਹੀਂ ਸੀ ਰੱਖਿਆ ਉਹਨਾਂ ਨੇ, ਕਿਉਂਕਿ ਘੰਟੀ ਉਹਨਾਂ ਨੇ ਵਜਾ ਦਿੱਤੀ ਤੇ ਡੋਗ ਨੂੰ ਇਹ ਪਤਾ ਲੱਗ ਗਿਆ ਜਦੋਂ ਘੰਟੀ ਵੱਜੀ ਹੈ ਤੇ ਫੂਡ ਰੱਖਣਗੇ, ਫੂਡ ਰੱਖਤਾ ਇਹਨਾਂ ਨੇ, ਹਨਾ, ਤੇ ਉਹਨੇ ਮੂੰਹ ਦੇ ਵਿੱਚ ਲਾਰਵਾ ਬਾਹਰ ਨਿਕਲਣ ਲੱਗ ਪਿਆ, ਠੀਕ ਹੈ। ਮਤਲਬ ਕਿ ਉਹ ਕੰਡੀਸ਼ਨ ਦੇ ਪਾ ਇੱਕ ਕੰਡੀਸ਼ਨ ਦੇ ਰਾਹੀਂ ਜਿਹੜਾ ਉਹਨੂੰ, ਜਿਹੜਾ ਡੋਗ ਨੂੰ ਜਿਹੜਾ ਉਹ ਸਿਖਾਇਆ ਗਿਆ, ਠੀਕ ਹੈ ਜੀ। ਫਿਰ ਸੇਮ ਬੰਨਿਆ ਜਾਂਦਾ, ਬੈਲ ਵਜਾਈ ਜਾਂਦੀ ਹੈ ਪਰ ਫੂਡ ਨਹੀਂ ਰੱਖਿਆ ਜਾਂਦਾ, ਫਿਰ ਵੀ ਡੋਗ ਦਾ ਜਿਹੜਾ ਲਾਰਵਾ ਬਾਹਰ ਨਿਕਲਿਆ, ਕਿਉਂਕਿ ਡੋਗ ਦੀ ਜਿਹੜੀ ਬੈਲ ਦੇ ਨਾਲ ਕੀ ਹੋ ਗਈ, ਕੰਡੀਸ਼ਨਿੰਗ ਹੋ ਗਈ, ਉਹਨੂੰ ਇਹ ਪਤਾ ਲੱਗਿਆ ਕਿ ਬੈਲ ਹੈ ਤੇ ਹੁਣ ਜਿਹੜਾ ਹੈ ਉਹ ਜਿਹੜਾ ਫੂਡ ਹੈ ਉਹ ਰੱਖ ਦਿੱਤਾ ਨਾ, ਤਾਂ ਉਹਨੇ ਮੂੰਹ ਦੇ ਵਿੱਚ ਲਾਰਵਾ ਨਿਕਲਣ ਲੱਗ ਗਿਆ, ਕਿਉਂਕਿ ਡੋਗ ਦੀ ਜਿਹੜੀ ਬੈਲ ਦੇ ਨਾਲ ਕੰਡੀਸ਼ਨਿੰਗ ਹੋ ਗਈ। ਤੇ ਹੁਣ ਪੱਲਵ ਗੱਲ ਕੀ ਕਰਦਾ, ਉਹ ਕਹਿੰਦਾ ਕਿ ਇਨਸਾਨ ਨੂੰ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਇਆ ਜਾਣਾ ਚਾਹੀਦਾ ਹੈ। ਇਹ ਕਹਿੰਦਾ ਹੈ ਕਿ ਜੇ ਤੁਸੀਂ ਬੱਚੇ ਨੂੰ ਸਿਖਾਉਣਾ ਹੈ ਤਾਂ ਬੱਚੇ ਨੂੰ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਤੁਸੀਂ ਸਿਖਾ ਸਕਦੇ ਹੋ, ਇੱਕ ਕੰਡੀਸ਼ਨ ਦੇ ਰਾਹੀਂ ਤੁਸੀਂ ਬੱਚੇ ਨੂੰ ਜਿਹੜਾ ਇਹ ਨੂੰ ਜਿਹੜਾ ਪੂਰਾ ਜਿਹੜਾ ਉਹਨੂੰ ਸਿਖਾ ਸਕਦੇ ਹੋ ਨਾ। ਜੇਕਰ ਤੁਸੀਂ ਸਿਖਾਉਣਾ ਚਾਹੁੰਦੇ ਹੋ ਬੱਚੇ ਨੂੰ, ਤਾਂ ਉਹਨੂੰ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਓ, ਠੀਕ ਹੈ। ਇਹ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਹੈ ਜੀ, ਪੱਲਵ ਦੀ ਹੈ। ਨੈਕਸਟ ਆ ਜਾਓ ਜੀ, ਇਸ ਥਿਊਰੀ ਦੇ ਵਿੱਚ ਸਿਟਮਲਸ ਤੇ ਰਿਸਪੌਂਸ ਵਰਕ ਕਰਦਾ ਹੈ, ਕਿ ਵਰਕ ਕਰਦਾ ਜੀ, ਇਸ ਥਿਊਰੀ ਦੇ ਵਿੱਚ ਸਿਟਮਲਸ ਤੇ ਰਿਸਪੌਂਸ ਜਿਹੜਾ ਉਹ ਵਰਕ ਕਰਦਾ ਹੈ, ਠੀਕ ਹੈ। ਇੱਕ ਤਾਂ ਉਤੇਜਕ, ਉਤੇਜਕ ਕਿਵੇਂ ਹੁੰਦਾ ਹੈ, ਉਹ ਫੂਡ ਨਾਲ ਹੋਇਆ ਉਤੇਜਕ, ਹੈ ਨਾ, ਅਤੇ ਰਿਸਪੌਂਸ ਜਦੋਂ ਜਿਹੜਾ ਰਿਸਪੌਂਸ ਦਿੰਦਾ ਉਹਦੇ 'ਤੇ ਪ੍ਰਤੀਕਿਰਿਆ ਕਰਦਾ ਵਾ, ਠੀਕ ਹੈ। ਇਸ ਥਿਊਰੀ ਦੇ ਵਿੱਚ ਸਿਟਮਲਸ ਤੇ ਰਿਸਪੌਂਸ ਜਿਹੜਾ ਉਹ ਵਰਕ ਕਰਦਾ ਹੈ। ਸੋ ਸਟੈਪ ਵਨ ਦੇ ਵਿੱਚ ਕੀ ਹੋਇਆ, ਸਟੈਪ ਵਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਕੀ ਕੀਤਾ ਜੀ, ਫੂਡ ਜਿਹੜਾ ਅਨਕੰਡੀਸ਼ਨਲ ਜਿਹੜਾ ਸਿਟਮਲਸ ਹੈ ਜੀ, ਫੂਡ ਕੀ ਹੈ, ਅਨਕੰਡੀਸ਼ਨਲ ਜਿਹੜਾ ਸਿਟਮਲਸ ਹੈ, ਨੈਚੁਰਲ ਜਿਹੜਾ ਸਿਟੀਮੋਲਸ ਕੀ ਹੈ ਜੀ, ਫੂਡ ਕੀ ਹੈ ਜੀ, ਅਨਕੰਡੀਸ਼ਨਲ ਸਿਟੀਮੋਲਸ ਹੈ। ਆਪਾਂ ਕੀ ਸਿਖਾਉਣਾ ਹੈ ਕਿ ਜਦੋਂ ਫੂਡ ਰੱਖਿਆ ਉਦੋਂ ਜਿਹੜਾ ਹੈ ਮਤਲਬ ਲਾਰਵਾ ਹੈ ਉਹ ਬਾਹਰ ਆਵੇ, ਹੈ ਨਾ। ਫੂਡ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਨੈਚੁਰਲ ਸਿਟੀਮੋਲਸ ਪਹਿਲਾਂ ਯੂਜ਼ ਕੀਤਾ ਹੈ ਨਾ, ਉਹ ਤੋਂ ਬਾਅਦ ਕੀ ਹੋਇਆ, ਲਾਰਵਾ ਜਿਹੜਾ ਬਾਹਰ ਆਉਂਦਾ ਤੇ ਇਹ ਕੀ ਹੈ, ਨੈਚੁਰਲ ਰਿਸਪੌਂਸ ਹੋਇਆ, ਠੀਕ ਹੈ। ਨੈਚੁਰਲ ਸਿਟਮਲਸ ਰੱਖਿਆ ਕੀਤਾ ਗਿਆ ਉਹਨਾਂ ਨੂੰ, ਨੈਚੁਰਲ ਕੁਦਰਤੀ ਸਭ ਕੁਝ ਕੀਤਾ ਗਿਆ, ਤੇ ਫਿਰ ਜਿਹੜਾ ਨੈਚੁਰਲੀ ਜਿਹੜਾ ਰਿਸਪੌਂਸ ਹੈ ਉਹ ਬਾਹਰ ਆਇਆ ਨਾ। ਸਟੈਪ ਵਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਫੂਡ ਰੱਖਿਆ ਤੇ ਲਾਰਵਾ ਜਿਹੜਾ ਬਾਹਰ ਹੈ ਮੂੰਹ ਦੇ ਵਿੱਚੋਂ ਨਿਕਲਦਾ ਹੈ। ਸਟੈਪ ਸੈਕਿੰਡ ਦੀ ਗੱਲ ਕਰੀਏ, ਫੂਡ ਜਿਹੜਾ ਨੈਚੁਰਲ ਸਿਟਮਲਸ ਰੱਖਿਆ ਗਿਆ, ਫਿਰ ਨਾਲ ਕੀ ਕੀਤਾ ਗਿਆ, ਇੱਕ ਬੈਲ ਕਰ ਦਿੱਤੀ, ਆਰਟੀਫਿਸ਼ਲ ਜਿਹੜਾ ਸਿਟਮਲਸ ਕਰ ਦਿੱਤਾ, ਇੱਕ ਬਨੌਟੀ ਜਿਹੜਾ ਉਤੇਜਕ ਕਰਨ ਵਾਲਾ ਜਿਹੜਾ ਸਿਸਟਮ ਹੈ ਉਹ ਕੀਤਾ ਗਿਆ, ਆਰਟੀਫਿਸ਼ਲ ਸਿਟਮਲਸ ਕੀਤਾ ਗਿਆ, ਬੈਲ ਰੱਖੀ ਗਈ। ਉਸ ਤੋਂ ਬਾਅਦ ਵੀ ਜਿਹੜਾ ਲਾਰਵਾ ਹੈ ਉਹ ਬਾਹਰ ਆਇਆ, ਨੈਚੁਰਲ ਜਿਹੜਾ ਰਿਸਪੌਂਸ, ਅਤੇ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਲਾਰਵਾ ਹੈ ਉਹ ਜਿਹੜਾ ਬਾਹਰ ਉਹ ਆਇਆ ਨੈਚੁਰਲ ਰੂਪ ਦੇ ਵਿੱਚ।
ਥਰਡ ਦੇ ਵਿੱਚ ਕੀ ਕੀਤਾ, ਫੂਡ ਨੂੰ ਹਟਾ ਦਿੱਤਾ ਗਿਆ ਸਟੈਪ ਥਰਡ ਦੇ ਵਿੱਚ। ਬੈਲ ਹੈ ਜਿਹੜੀ, ਇਹਨੂੰ ਜਿਹੜੀ ਕੰਡੀਸ਼ਨ ਹੋ ਗਈ ਹੁਣ ਡੋਗ ਦੀ ਜਿਹੜੀ ਹੈ ਬੈਲ ਦੇ ਨਾਲ, ਬੈਲ ਹੈ ਆਰਟੀਫਿਸ਼ਲ ਸਿਟਮਲਸ ਹੈ ਠੀਕ ਹੈ, ਤੇ ਜਦੋਂ ਇਹ ਬੈਲ ਵਜਾਏਗੀ ਤਾਂ ਉਦੋਂ ਵੀ ਜਿਹੜਾ ਲਾਰਵਾ ਹੈ ਉਹ ਨੈਚੁਰਲ ਰਿਸਪੋਂਸ ਹੈ ਉਹ ਬਾਹਰ ਆਇਆ ਠੀਕ ਹੈ। ਤੇ ਇਸੇ ਕਰਕੇ ਉਹ ਕਹਿੰਦੇ ਆ ਕਿ ਜਿਹੜਾ ਇਨਸਾਨ ਨੂੰ ਸਿਖਾਇਆ ਜਾਣਾ ਚਾਹੀਦਾ ਉਹ ਵੀ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਇਆ ਜਾਣਾ ਚਾਹੀਦਾ, ਤੇ ਇਹ ਜਿਹੜਾ ਡੌਗ ਹੈ ਉਹਨੂੰ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਇਆ ਗਿਆ, ਪਹਿਲਾਂ ਫੂਡ ਰੱਖਿਆ ਗਿਆ, ਲਾਰਵਾ ਆਇਆ, ਫਿਰ ਫੂਡ ਦੇ ਨਾਲ ਬੈਲ ਵਜਾਈ ਗਈ, ਫਿਰ ਜਦ ਵੀ ਲਾਰਵਾ ਆਇਆ ਠੀਕ ਹੈ, ਵਾਰੀ ਵਾਰੀ ਰਿਪੀਟ ਕੀਤਾ ਗਿਆ ਸੀਨ ਨੂੰ। ਰਿਪੀਟ ਕਰਨ ਤੋਂ ਬਾਅਦ ਇਹਨਾਂ ਨੇ ਫੂਡ ਨੂੰ ਹਟਾ ਦਿੱਤਾ ਗਿਆ, ਹਟਾ ਦਿੱਤਾ, ਤੇ ਇਕੱਲੀ ਜਿਹੜੀ ਬੈਲ ਆ ਉਹ ਜਾਈ, ਤਾਂ ਉਦੋਂ ਵੀ ਜਿਹੜਾ ਲਾਰਵਾ ਹੈ ਡੌਗ ਦੇ ਮੂੰਹ ਦੇ ਵਿੱਚੋਂ ਜਿਹੜਾ ਬਾਹਰ ਹੈ ਉਹ ਆਇਆ। ਸੋ ਇੱਥੇ ਗੱਲ ਕੀ ਹੈ ਕਿ ਇੱਥੇ ਕੀ ਹੈ ਕਿ ਪੱਲਵ ਹੈ ਨਾ ਜਿਹੜਾ, ਉਹ ਇਹ ਦੱਸਣਾ ਚਾਹੁੰਦਾ ਕਿ ਬੱਚੇ ਨੂੰ ਸਿਖਾਉਣਾ ਹੈ ਤੇ ਉਸ ਨੂੰ ਕੰਡੀਸ਼ਨ ਦੇ ਵਿੱਚ ਪਾਓ। ਪੱਲਵ ਕੀ ਕਹਿੰਦਾ ਕਿ ਜੇਕਰ ਤੁਸੀਂ ਬੱਚੇ ਨੂੰ ਕੁਝ ਸਿਖਾਉਣਾ ਹੈ ਤਾਂ ਉਹਨੂੰ ਕੰਡੀਸ਼ਨ ਦੇ ਵਿੱਚ ਪਾ ਦਿਓ, ਪਰ ਕਈ ਕੰਡੀਸ਼ਨ ਵਿੱਚ ਸਿਖਾਉਣਾ ਜਿਹੜਾ ਪੋਸੀਬਲ ਨਹੀਂ ਹੁੰਦਾ। ਕਹਿੰਦੇ ਕਿ ਕੁਝ ਜਿਹੜੀਆਂ ਕੰਡੀਸ਼ਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੋਸੀਬਲ ਨਹੀਂ ਹੈਗਾ ਕਿ ਉਸ ਬੱਚੇ ਨੂੰ ਨੈਚੁਰਲ ਆਪਾਂ ਉਸ ਕੰਡੀਸ਼ਨ ਦੇ ਵਿੱਚ ਪਾ ਸਕੀਏ, ਹੈ ਨਾ। ਪਰ ਕਈ ਜਿਹੜੀਆਂ ਕੰਡੀਸ਼ਨ ਦੇ ਵਿੱਚ ਸਿਖਾਉਣਾ ਜਿਹੜਾ ਪੋਸੀਬਲ ਨਹੀਂ ਹੁੰਦਾ, ਤਾਂ ਉਸ ਟਾਈਮ ਤੇ ਉਹ ਕਹਿੰਦਾ ਕਿ ਉਸ ਸਮੇਂ ਜਿਹੜਾ ਆਰਟੀਫੀਸ਼ਲ ਜਿਹੜੀ ਕੰਡੀਸ਼ਨ ਦੇ ਵਿੱਚ ਪਾ ਕੇ ਜਿਹੜਾ ਬੱਚੇ ਨੂੰ ਜਿਹੜਾ ਸਿਖਾਇਆ ਜਾਣਾ ਚਾਹੀਦਾ ਹੈ। ਸੋ ਆਰਟੀਫੀਸ਼ਲ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਜਿਹੜਾ ਬੱਚੇ ਨੂੰ ਸਿਖਾਓ, ਜਿੰਨੀ ਰੀਅਲ ਜਿਹੜੀ ਕੰਡੀਸ਼ਨ ਦੇ ਵਿੱਚ ਪਾ ਕੇ ਜਿਹੜਾ ਸਿਖਾ ਸਕਦੇ ਹੋ ਸਿਖਾਓ, ਜਿੰਨੀ ਵੀ ਤੁਸੀਂ ਉਹ ਇਦਾਂ ਦੀ ਜਿੰਨਾ ਤਾਂ ਤੁਸੀਂ ਰੀਅਲ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾ ਸਕਦੇ ਹੋ ਸਿਖਾਓ। ਜੇਕਰ ਜਦ ਪੋਸੀਬਲ ਨਹੀਂ ਹੁੰਦਾ, ਹੈ ਨਾ, ਤਾਂ ਉਹਨੂੰ ਜਿਹੜਾ ਆਰਟੀਫਿਸ਼ਲ ਜਿਹੜੀ ਕੰਡੀਸ਼ਨ ਦੇ ਵਿੱਚ ਪਾ ਕੇ ਜਿਹੜਾ ਬੱਚੇ ਨੂੰ ਜਿਹੜਾ ਸਿਖਾਇਆ ਜਾਣਾ ਚਾਹੀਦਾ। ਸੋ ਪੱਲਵ ਕੀ ਕਹਿੰਦਾ, ਪੱਲਵ ਇਹ ਦੱਸਣਾ ਚਾਹੁੰਦਾ ਕਿ ਬੱਚੇ ਨੂੰ ਜਿਹੜਾ ਸਿਖਾਓ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਓ। ਕਈ ਵਾਰ ਕੀ ਹੁੰਦਾ ਕਿ ਉਸ ਕੰਡੀਸ਼ਨ ਦੇ ਵਿੱਚ ਪਾ ਕੇ ਜਿਹੜਾ ਸਿਖਾਉਣਾ ਜਿਹੜਾ ਬੱਚੇ ਨੂੰ ਜਿਹੜਾ ਪੋਸੀਬਲ ਹੈ ਉਹ ਨਹੀਂ ਹੁੰਦਾ, ਪਰ ਕਈ ਵਾਰ ਕੀ ਹੁੰਦਾ ਕੰਡੀਸ਼ਨ ਦੇ ਵਿੱਚ ਜਿਹੜਾ ਸਿਖਾਉਣਾ ਉਹ ਪੋਸੀਬਲ ਨਹੀਂ ਹੁੰਦਾ। ਉਸ ਸਮੇਂ ਕੀ ਆ, ਆਰਟੀਫਿਸ਼ਲ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਬੱਚੇ ਨੂੰ ਸਿਖਾਇਆ ਜਾਣਾ ਚਾਹੀਦਾ ਹੈ, ਜਿੰਨਾ ਰੀਅਲ ਕੰਡੀਸ਼ਨ ਦੇ ਵਿੱਚ ਪਾ ਕੇ ਤੁਸੀਂ ਜਿਹੜਾ ਸਿਖਾ ਸਕਦੇ ਹੋ ਉਹਨਾਂ ਜਿਹੜਾ ਉਹਨਾਂ ਨੂੰ ਸਿਖਾਓ। ਜੇਕਰ ਪੋਸੀਬਲ ਨਹੀਂ ਹੁੰਦਾ ਵੀ ਰੀਅਲ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਉਣਾ, ਤਾਂ ਆਰਟੀਫਿਸ਼ਲ ਕੰਡੀਸ਼ਨ ਦਾ ਯੂਜ਼ ਕਰਕੇ ਹੋਏ ਬੱਚੇ ਨੂੰ ਸਿਖਾਓ। ਸਭ ਤੋਂ ਔਖਾ ਜਿਹੜਾ ਟੀਚਰ ਲਈ ਇਸ ਥਿਊਰੀ ਅਨੁਸਾਰ ਪੜ੍ਹਾਉਣਾ ਹੈ ਕਲਾਸ ਦੇ ਵਿੱਚ। ਜੇਕਰ ਇਸ ਆਪਾਂ ਗੱਲ ਕਰੀਏ ਤਾਂ ਇਸ ਥਿਊਰੀ ਰਾਹੀਂ ਜਿਹੜਾ ਪੜ੍ਹਾਉਣਾ ਟੀਚਰ ਦੇ ਲਈ ਸਭ ਤੋਂ ਜ਼ਿਆਦਾ ਔਖਾ ਹੈ, ਸਭ ਤੋਂ ਔਖਾ ਟੀਚਰ ਲਈ ਇਸ ਥਿਊਰੀ ਅਨੁਸਾਰ ਪੜ੍ਹਾਉਣਾ ਕਲਾਸ ਦੇ ਵਿੱਚ, ਠੀਕ ਹੈ ਜੀ। ਸੋ ਇਹ ਪੱਲਵ ਦੀ ਜਿਹੜੀ ਥਿਊਰੀ ਸੀਗੀ, ਜਿਹੜੀ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਉਣਾ ਸੀ, ਜਿਹੜਾ ਮੈਂ ਉਹਨਾਂ ਦਾ ਐਕਸਪੈਰੀਮੈਂਟ ਸੀ ਉਹ ਵੀ ਤੁਹਾਡੇ ਨਾਲ ਜਿਹੜਾ ਸ਼ੇਅਰ ਹੈ ਉਹ ਕਰ ਚੁੱਕੀ ਹਾਂ। ਉਸ ਤੋਂ ਅੱਗੇ ਆ ਗਿਆ ਫੀਚਰ ਕੀ ਨੇ ਹੋਣੇ ਇਸ ਥਿਊਰੀ ਦੇ, ਠੀਕ ਹੈ। ਕਲਾਸੀਕਲ ਜਿਹੜੀ ਕੰਡੀਸ਼ਨ ਥਿਊਰੀ ਹੈ ਜੀ, ਕਲਾਸੀਕਲ ਕੰਡੀਸ਼ਨ ਥਿਊਰੀ ਦੀ ਆਪਾਂ ਗੱਲ ਕਰ ਰਹੇ ਹਾਂ, ਤੇ ਇਹਦੇ ਹੁਣ ਫੀਚਰ ਕੀ ਨੇ, ਠੀਕ ਹੈ, ਉਹਦੇ ਬਾਰੇ ਦੇ ਵਿੱਚ ਆਪਾਂ ਪੜ੍ਹਦੇ ਹਾਂ ਪੱਲਵ ਦੀ ਹੈ। ਸੋ ਫੀਚਰ ਆਫ ਥਿਊਰੀ ਕੀ ਹੈ, ਫਸਟ ਹੈ ਜੀ ਰੈਪੀਟੀਸ਼ਨ, ਦੁਹਰਾਓ, ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਉਣਾ ਬੱਚੇ ਨੂੰ, ਵਾਰ ਵਾਰ ਦੁਹਰਾਓ ਉਹਦੇ ਵਿੱਚ ਪਾ ਕੇ ਕਹਿੰਦੇ ਸਿਖਾਓ, ਵਾਰ ਵਾਰ ਰੈਪੀਟੀਸ਼ਨ ਕਰੋ, ਫਿਰ ਜਾ ਕੇ ਜਿਹੜਾ ਬੱਚਾ ਹੈ ਉਹ ਸਿੱਖ ਸਕਦਾ। ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਉਣਾ ਬੱਚੇ ਨੂੰ, ਵਾਰ ਵਾਰ ਦੁਹਰਾਓ ਦੇ ਵਿੱਚ ਪਾ ਕੇ ਸਿਖਾਓ। ਸੈਕਿੰਡ ਹੈ ਜੀ ਇਮੀਡੈਂਸੀ, ਇਮੀਡੈਂਸੀ ਕੀ ਹੈ, ਤਤਕਾਲਤਾ, ਤਤਕਾਲਤਾ ਦੇ ਵਿੱਚ ਨਾਲ ਦੀ ਨਾਲ ਜਿਵੇਂ ਬੈਲ ਵਜਾਈ ਫੂਡ ਰੱਖਿਆ, ਕੰਡੀਸ਼ਨਿੰਗ ਇਸ ਨਾਲ ਹੋਵੇਗੀ। ਇਹ ਨਾ ਹੋਵੇ ਬੈਲ ਵੱਜੀ ਤੇ ਤੁਸੀਂ ਫੂਡ ਹੀ ਕਦੀ ਕਦੀ ਘੰਟੇ ਬਾਅਦ ਰੱਖ ਰਹੇ ਹੋ, ਕਦੀ ਅੱਧੇ ਘੰਟੇ ਬਾਅਦ ਰੱਖ ਰਹੇ ਹੋ, ਕਦੀ 2 ਘੰਟਿਆਂ ਦੇ ਬਾਅਦ ਦੇ ਵਿੱਚ ਰੱਖ ਰਹੇ ਹੋ, ਠੀਕ ਹੈ। ਇਮੀਡੀਏਟਲੀ ਜਿਹੜੀ ਹੈ, ਇਮੀਡੀਏਟ ਜਿਹੜਾ ਤੁਸੀਂ ਜਿਹੜੀ ਹੈ ਜਿਹੜੀ ਕੰਡੀਸ਼ਨ ਕਰੋ, ਠੀਕ ਹੈ, ਜਿਵੇਂ ਉਹਨੇ ਡੌਗ ਦੇ ਜਿਹੜਾ ਐਕਸਪੈਰੀਮੈਂਟ ਕੀਤਾ ਨਾ, ਬੈਲ ਵਜਾਈ ਨਾਲ ਦੀ ਨਾਲ ਫੂਡ ਰੱਖਿਆ ਤੇ ਲਾਰਵਾ ਜਿਹੜਾ ਉਹ ਬਾਹਰ ਹੋਇਆ, ਠੀਕ ਹੈ, ਫਿਰ ਜਦੋਂ ਬੈਲ ਵਜਾਈ ਤਾਂ ਲਾਰਵਾ ਬਾਹਰ ਆਉਣ ਲੱਗ ਪਿਆ, ਮਤਲਬ ਕਿ ਕੰਡੀਸ਼ਨਿੰਗ ਹੋ ਗਈ ਡੌਗ ਦੀ ਕਿ ਬੈਲ ਵੱਜ ਗਈ ਹੁਣ ਫੂਡ ਆ ਗਿਆ।
ਠੀਕ ਆ, ਇਮੀਡੈਂਸੀ ਜਿਹੜੀ ਤਤਕਾਲਤਾ ਵੀ ਹੈ ਜੀ ਇਸ ਥਿਊਰੀ ਦੇ ਵਿੱਚ, ਕਿ ਨਾਲ ਦੀ ਨਾਲ ਜਿਹੜਾ ਜਿਹੜਾ ਕੰਮ ਕਰਨਾ ਉਹਨੂੰ ਨਾਲ ਦੀ ਨਾਲ ਹੀ ਜਿਹੜਾ ਕਰਨਾ ਚਾਹੀਦਾ ਹੈ। ਨੈਕਸਟ ਹੈ ਜੀ ਜਰਨਲਾਈਜੇਸ਼ਨ। ਜਰਨਲਾਈਜੇਸ਼ਨ ਕੀ ਹੈ? ਸਧਾਰੀਕਰਨ ਹੈ ਜੀ। ਜਰਨਲਾਈਜੇਸ਼ਨ ਕੀ ਹੈ ਜੀ? ਸਧਾਰੀਕਰਨ ਹੈ ਜੀ। ਜਰਨਲਾਈਜੇਸ਼ਨ ਸਧਾਰੀਕਰਨ, ਜਦੋਂ ਨੈਚੁਰਲ ਸਿਟਮਲਸ ਦੀ ਜਗ੍ਹਾ ਤੇ ਆਰਟੀਫਿਸ਼ੀਅਲ ਸਿਟਮਲਸ ਆ ਜਾਂਦਾ ਹੈ ਤੇ ਪ੍ਰਤੀਕਿਰਿਆ ਰਿਸਪੋਂਸ ਸੇਮ ਰਹਿੰਦਾ ਹੈ ਤਾਂ ਜਰਨਲਾਈਜੇਸ਼ਨ ਉਹਨੂੰ ਜਿਹੜਾ ਕਿਹਾ ਜਾਂਦਾ ਹੈ। ਠੀਕ ਹੈ, ਸਧਾਰੀਕਰਨ ਕੀ ਹੈ? ਜਦੋਂ ਨੈਚੁਰਲ ਸਿਟਮਲਸ ਮਤਲਬ ਕੁਦਰਤੀ ਤੌਰ ਦੀ ਜਗ੍ਹਾ ਤੇ ਆਪਾਂ ਜਿਹੜਾ ਆਰਟੀਫਿਸ਼ੀਅਲ ਜਿਹੜਾ ਉਤੇਜਕ ਕਰਨ ਆਰਟੀਫਿਸ਼ੀਅਲ ਸਿਟਮਲਸ ਆ ਜਾਂਦਾ ਹੈ ਤੇ ਪ੍ਰਕਿਰਿਆ ਰਿਸਪੋਂਸ ਜਿਹੜਾ ਸੇਮ ਰਹਿੰਦਾ ਤਾਂ ਉਹਨੂੰ ਜਰਨਲਾਈਜੇਸ਼ਨ ਕਿਹਾ ਜਾਂਦਾ, ਸਧਾਰੀਕਰਨ ਕਿਹਾ ਜਾਂਦਾ। ਜਿਵੇਂ ਡੌਗ ਦੇ ਨਾਲ ਜਿਹੜੀ ਕੰਡੀਸ਼ਨਿੰਗ ਉਹਨਾਂ ਨੇ ਕੀਤੀ ਹੈ, ਪਹਿਲਾਂ ਕੀ ਕੀਤਾ ਉਹਨਾਂ ਨੇ ਫੂਡ ਰੱਖਿਆ, ਲਾਰਵਾ ਬਾਹਰ ਆਇਆ, ਫਿਰ ਉਹਨਾਂ ਨਾਲ ਬੈੱਲ ਵਜਾਤੀ, ਲਾਰਵਾ ਬਾਹਰ ਆਇਆ, ਠੀਕ ਹੈ, ਫਿਰ ਉਹਨਾਂ ਨੇ ਫੂਡ ਰੱਖਿਆ, ਨਹੀਂ ਇਕੱਲੀ ਬੈੱਲ ਵਜਾਈ ਤਾਂ ਫਿਰ ਵੀ ਜਿਹੜੀ ਪ੍ਰਤੀਕਿਰਿਆ ਰਿਸਪੋਂਸ ਦੇ ਰੂਪ ਦੇ ਵਿੱਚ ਜਿਹੜਾ ਲਾਰਵਾ ਆ ਉਹ ਬਾਹਰ ਆਇਆ ਤਾਂ ਡੌਗ ਦਾ ਕੀ ਹੋ ਗਿਆ? ਜਰਨਲਾਈਜੇਸ਼ਨ ਹੋ ਗਿਆ, ਸਧਾਰੀਕਰਨ ਹੋ ਗਿਆ। ਠੀਕ ਹੈ, ਤੇ ਇਹਦੇ ਵਿੱਚ ਜਿਹੜਾ ਜਰਨਲਾਈਜੇਸ਼ਨ ਵੀ ਇਹਦਾ ਜਿਹੜਾ ਫੀਚਰ ਹੈ ਜੀ, ਸਧਾਰੀਕਰਨ ਵੀ ਇਹਦਾ ਫੀਚਰ ਹੈ। ਜਦੋਂ ਨੈਚੁਰਲ ਸਿਟਮਲਸ ਦੀ ਜਗ੍ਹਾ ਤੇ ਆਰਟੀਫਿਸ਼ੀਅਲ ਸਿਟਮਲਸ ਆ ਜਾਂਦਾ ਤੇ ਪ੍ਰਤੀਕਿਰਿਆ ਰਿਸਪੋਂਸ ਸੇਮ ਰਹਿੰਦਾ ਹੈ ਤਾਂ ਜਰਨਲਾਈਜੇਸ਼ਨ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਐਕਸਿਸਟੈਂਸ। ਐਕਸਿਸਟੈਂਸ ਕੀ ਹੈ ਜੀ? ਅਲੋਪ ਹੋ ਜਾਣਾ, ਜਦੋਂ ਕੰਡੀਸ਼ਨ ਵਿੱਚ ਦੁਹਰਾਓ ਰੈਪੀਟੇਸ਼ਨ ਜਿਹੜਾ ਟੁੱਟ ਜਾਂਦਾ ਹੈ। ਐਕਸਟੈਂਸ਼ਨਸ ਵੀ ਹੈ ਜੀ, ਅਲੋਪ ਹੋ ਜਾਣਾ ਵੀ ਇਹਦੇ ਵਿੱਚ, ਜਦੋਂ ਕੰਡੀਸ਼ਨ ਵਿੱਚ ਦੁਹਰਾਓ ਜਿਹੜਾ ਰੈਪੀਟੇਸ਼ਨ ਜਿਹੜਾ ਟੁੱਟ ਜਾਂਦਾ ਹੈ, ਹੈ ਨਾ, ਤਾਂ ਇਹ ਵੀ ਜਿਹੜਾ ਇਹਦਾ ਜਿਹੜਾ ਇੱਕ ਫੀਚਰ ਹੈ ਅਲੋਪ ਹੋ ਜਾਂਦਾ ਹੈ। ਠੀਕ ਹੈ, ਜੇਕਰ ਤੁਸੀਂ ਮਤਲਬ ਸਹੀ ਤਰੀਕੇ ਦੇ ਨਾਲ ਜਿਹੜਾ ਕੰਡੀਸ਼ਨਿੰਗ ਬੱਚੇ ਦੀ ਨਹੀਂ ਕਰਦੇ ਹੋ, ਹੈ ਨਾ, ਸਹੀ ਤਰੀਕੇ ਨਾਲ ਪ੍ਰੋਸੈਸ ਦੇ ਵਿੱਚ ਵਾਰ ਵਾਰ ਜਿਹੜਾ ਦੁਹਰਾਓ ਹੈ ਜਿਹੜਾ ਰੈਪੀਟੇਸ਼ਨ ਹੈ ਉਹ ਨਹੀਂ ਕਰਦੇ ਹੋ, ਹੈ ਨਾ, ਤਾਂ ਫਿਰ ਜਿਹੜੀ ਕੰਡੀਸ਼ਨਿੰਗ ਵੀ ਨਹੀਂ ਹੋ ਪਾਵੇਗੀ। ਐਕਸਿਸਟੈਂਸ ਅਲੋਪ ਹੋ ਜਾਣਾ, ਜਦੋਂ ਕੰਡੀਸ਼ਨ ਵਿੱਚ ਦੁਹਰਾਓ ਰੈਪੂਟੇਸ਼ਨ ਜਿਹੜਾ ਟੁੱਟ ਜਾਂਦਾ ਹੈ, ਠੀਕ ਹੈ, ਉਦੋਂ ਵੀ ਜਿਹੜੀ ਹੈ ਅਲੋਪ ਹੋ ਜਾਂਦੀ ਹੈ ਚੀਜ਼। ਨੈਕਸਟ ਹੈ ਜੀ, ਨੈਕਸਟ ਹੈ ਜੀ ਸਪੋਨਟੈਨਸ ਰਿਕਵਰੀ ਦੀ ਗੱਲ ਕਰੀਏ ਤਾਂ ਇੱਥੇ ਕੀ ਹੈ, ਜਿਹੜੀ ਕੰਡੀਸ਼ਨਿੰਗ ਹੈ ਉਹ ਦੁਬਾਰਾ ਵੀ ਜਿਹੜੀ ਬਣ ਪਾਉਂਦੀ ਹੈ ਜੇਕਰ ਦੁਬਾਰਾ ਜਿਹੜੀ ਰੈਪੀਟੇਸ਼ਨ ਹੈ ਉਹ ਕੀਤੀ ਜਾਂਦੀ ਹੈ। ਠੀਕ ਹੈ, ਇੱਥੇ ਤਾਂ ਜਿਹੜਾ ਅਲੋਪ ਵੀ ਹੋ ਜਾਂਦਾ ਹੈ ਨਾ, ਕਿ ਉਹ ਚੀਜ਼ ਜਿਹੜਾ ਉਹ ਟੁੱਟ ਜਾਂਦਾ ਵਾ, ਹੈ ਨਾ, ਠੀਕ ਹੈ, ਕੰਡੀਸ਼ਨਿੰਗ ਹੋ ਨਹੀਂ ਪਾਉਂਦੀ, ਬਟ ਕੰਡੀਸ਼ਨਿੰਗ ਦੁਬਾਰਾ ਵੀ ਆਪਾਂ ਜਿਹੜੀ ਬਣਾ ਇੱਥੇ ਪਾਉਂਦੇ ਹਾਂ। ਨੈਕਸਟ ਹੈ ਜੀ ਐਸਟੈਬਲਿਸ਼ਮੈਂਟ। ਵਾਰ ਵਾਰ ਰੈਪੀਟੇਸ਼ਨ ਵਿੱਚ ਜਾ ਕੇ ਜਿਹੜਾ ਤੁਸੀਂ ਜਿਹੜਾ ਸਿਖਾ ਉਹ ਸਕਦੇ ਹੋ। ਠੀਕ ਹੈ, ਐਸਟੈਬਲਿਸ਼ਮੈਂਟ ਜੇਕਰ ਤੁਸੀਂ ਕਰਨੀ ਹੈ, ਸਥਾਪਨਾ ਕਰਨੀ ਹੈ, ਤਾਂ ਵਾਰ ਵਾਰ ਜਿਹੜਾ ਰੈਪੀਟੇਸ਼ਨ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਜਿਹੜਾ ਸਿਖਾ ਸਕਦੇ ਹੋ। ਨੈਕਸਟ ਹੈ ਜੀ 7 ਨੰਬਰ 'ਤੇ ਹੈ ਜੀ ਐਕਸਟਰਨਲ ਬੈਰੀਅਰ। ਐਕਸਟਰਨਲ ਬੈਰੀਅਰ ਦੀ ਗੱਲ ਕਰੀਏ, ਬਾਹਰੀ ਰੋਕਾਂ ਨਹੀਂ ਹੋਣੀਆਂ ਚਾਹੀਦੀਆਂ, ਹੈਗੀਆਂ ਬਾਹਰੀ ਜਿਹੜੀ ਡਿਸਟਰਬੈਂਸ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਜਦੋਂ ਇਹ ਥਿਊਰੀ ਜਿਹੜੀ ਅਪਲਾਈ ਕਰਨੀ ਆ, ਇੱਕ ਬੱਚੇ ਦੇ ਅਪਲਾਈ ਕਰਨੀ ਆ, ਠੀਕ ਹੈ, ਉਦੋਂ ਜਿਹੜੀ ਹੈ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਬੱਚੇ ਨੂੰ ਬਾਹਰ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹੀ ਸੁਣਾਈ ਦਿੱਤੀਆਂ ਜਾਣ, ਹੈ ਨਾ, ਉਹਨੂੰ ਉਹੀ ਸਮਝ ਆਈ ਜਾਵੇ, ਹੈ ਨਾ, ਉਹਨਾਂ ਦੇ ਨਾਲ ਜਿਹੜੀ ਉਹਦੀ ਕੰਡੀਸ਼ਨਿੰਗ ਹੋ ਜਾਵੇ, ਤਾਂ ਅਜਿਹਾ ਨਹੀਂ ਕਰਨਾ। ਸ਼ੋਰ ਸ਼ਰਾਬਾ ਹੋਵੇਗਾ ਤਾਂ ਬੱਚਾ ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਸਿੱਖ ਸਕੇਗਾ। ਜੇਕਰ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਜੇਕਰ ਉਹਨੇ ਜਿਹੜਾ ਡੌਗ 'ਤੇ ਜਦੋਂ ਐਕਸਪੈਰੀਮੈਂਟ ਕੀਤਾ ਤਾਂ ਉਹਨੇ ਜਿਹੜੀ ਬੈੱਲ ਲਗਾਈ, ਹੈ ਨਾ, ਬੈੱਲ ਵੱਜਦੀ ਸੀ ਅਤੇ ਫੂਡ ਆਉਂਦਾ ਸੀ, ਅਤੇ ਡੌਗ ਦੀ ਜਿਹੜੀ ਕੰਡੀਸ਼ਨਿੰਗ ਹੋ ਗਈ ਉਹਦੇ ਨਾਲ। ਜੇਕਰ ਬਾਹਰ ਸ਼ੋਰ ਸ਼ਰਾਬਾ ਹੁੰਦਾ ਤਾਂ ਡੌਗ ਨੂੰ ਬੈੱਲ ਦੀ ਆਵਾਜ਼ ਹੀ ਨਾ ਸੁਣਾਈ ਦਿੰਦੀ, ਉਹਨੂੰ ਬਾਹਰ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ, ਤਾਂ ਫਿਰ ਜਿਹੜੀ ਕੰਡੀਸ਼ਨਿੰਗ ਆ ਉਹ ਪੋਸੀਬਲ ਨਹੀਂ ਸੀ। ਸੋ ਐਕਸਟਰਨਲ ਬੈਰੀਅਰ ਜੀ, ਬਾਹਰੀ ਰੋਕਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਠੀਕ ਹੈ, ਬਾਹਰੀ ਜਿਹੜੀ ਡਿਸਟਰਬੈਂਸ ਹੈ ਉਹ ਨਹੀਂ ਹੋਣੀ ਚਾਹੀਦੀ। ਠੀਕ ਹੈ, ਐਸਟੈਬਲਿਸ਼ਮੈਂਟ ਇਹ ਆਪਾਂ ਕਰ ਲਿਆ, ਵਾਰ ਵਾਰ ਦੁਹਰਾਓ ਤੇ ਤੁਹਾਡੀ ਜਿਹੜੀ ਕੰਡੀਸ਼ਨਿੰਗ ਹੋ ਜਾਂਦੀ ਹੈ, ਮਤਲਬ ਜਿਹੜਾ ਪੱਕਾ ਹੋ ਜਾਂਦਾ ਹੈ ਨਾ ਜੋ ਵੀ ਤੁਸੀਂ ਸਿਖਾਉਣਾ।
ਸੋ ਇਹ ਪੁਆਇੰਟ ਜਿਹੜਾ ਰਿਪੀਟ ਆ ਹੋਇਆ ਸੀ। ਹੁਣ ਕੀ ਰੈਪੀਟੇਸ਼ਨ ਹੁੰਦਾ ਜੀ ਇਸ ਥਿਊਰੀ ਜੇਕਰ ਤੁਸੀਂ ਅਪਲਾਈ ਕਰਨੀ ਹੈ, ਇਮੀਡੈਂਸੀ ਹੋਣੀ ਚਾਹੀਦੀ ਹੈ, ਤਤਕਾਲਤਾ ਹੋਣੀ ਚਾਹੀਦੀ, ਜਰਨਲਾਈਜੇਸ਼ਨ ਹੋਣਾ ਚਾਹੀਦਾ, ਐਕਸਿਸਟੈਂਸ ਹੋਣਾ ਚਾਹੀਦਾ, ਅਲੋਪ ਹੋ ਜਾਣਾ ਹੈ ਨਾ, ਅਲੋਪ ਵੀ ਹੋ ਜਾਂਦਾ ਕਈ ਵਾਰੀ, ਨਹੀਂ ਕੰਡੀਸ਼ਨਿੰਗ ਹੋ ਪਾਉਂਦੀ, ਦੁਬਾਰਾ ਫਿਰ ਜਿਹੜੀ ਰਿਕਵਰੀ ਹੋ ਸਕਦੀ ਹੈ, ਠੀਕ ਹੈ, ਐਸਟੈਬਲਿਸ਼ਮੈਂਟ ਇਹਦੇ ਨਾਲ ਜਿਹੜੀ ਹੋ ਪਾਉਂਦੀ ਹੈ, ਅਤੇ ਐਕਸਟਰਨਲ ਜਿਹੜੇ ਬੈਰੀਅਰ ਹੈ ਉਹ ਜਿਹੜੇ ਆ ਰੋਕ ਉਹ ਪਾਉਂਦੇ ਨੇ, ਅਤੇ ਉਹ ਜਿਹੜੀ ਬਾਹਰੀ ਡਿਸਟਰਬੈਂਸ ਹੈ ਉਹ ਨਹੀਂ ਹੋਣੀ ਚਾਹੀਦੀ, ਠੀਕ ਹੈ। ਨੈਕਸਟ ਆ ਜਾਓ ਜੀ, ਨੈਕਸਟ ਆਪਾਂ ਗੱਲ ਕਰਦੇ ਐਜੂਕੇਸ਼ਨ ਇੰਪਲੀਕੇਸ਼ਨ ਕਰਨਾ ਜੀ, ਹੁਣ ਸਿੱਖਿਆ ਦੇ ਵਿੱਚ ਲਾਗੂ ਕਰਨਾ ਤਾਂ ਕਿੱਥੇ ਕਿਤੇ ਇਹ ਜਿਹੜੀ ਥਿਊਰੀ ਆ ਵਰਕ ਕਰੇਗੀ, ਠੀਕ ਹੈ, ਇਹਦੀਆਂ ਮੈਰਿਟਸ ਕੀ ਨੇ, ਇਹਦੀਆਂ ਡੀਮੈਰਿਟਸ ਕੀ ਨੇ, ਉਹਨਾਂ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ। ਫਸਟ ਜਿਹੜੀ ਮੈਰਿਟਸ ਇਹਦੀ ਹੈਗੀ ਹੈ ਉਹ ਹੈਗੀ ਹੈ ਜੀ, ਇਹ ਥਿਊਰੀ ਬੱਚਿਆਂ ਨੂੰ ਮੋਰਲ ਵੈਲਿਊ ਦੇਣ ਦੇ ਵਿੱਚ ਸਹਾਇਕ ਹੈ, ਠੀਕ ਹੈ। ਇਸ ਥਿਊਰੀ ਦੀ ਜੇਕਰ ਗੱਲ ਕਰੀਏ, ਕਲਾਸੀਕਲ ਕੰਡੀਸ਼ਨਿੰਗ ਜਿਹੜੀ ਥਿਊਰੀ ਦੀ ਗੱਲ ਕਰੀਏ, ਕਲਾਸੀਕਲ ਕੰਡੀਸ਼ਨਿੰਗ ਥਿਊਰੀ ਦੀ ਗੱਲ ਕਰੀਏ ਤਾਂ ਇਹ ਥਿਊਰੀ ਹੈ ਜੀ ਬੱਚਿਆਂ ਨੂੰ ਜਿਹੜੀ ਆ ਮੋਰਲ ਜਿਹੜੀ ਵੈਲਿਊ ਆ ਦੇਣ ਦੇ ਵਿੱਚ ਸਹਾਇਕ ਹੈ ਜੀ। ਇਹ ਜਿਹੜੀ ਥਿਊਰੀ ਹੈ ਜੀ, ਇਹ ਜਿਹੜੀ ਥਿਊਰੀ ਹੈ ਜੀ ਬੱਚਿਆਂ ਨੂੰ ਜਿਹੜੀ ਮੋਰਲ ਵੈਲਿਊ ਜਿਹੜੀ ਦੇਣ ਦੇ ਵਿੱਚ ਜਿਹੜੀ ਸਹਾਇਕ ਹੈ ਜੀ। ਸੋ ਐਜੂਕੇਸ਼ਨ ਇੰਪਲੀਕੇਸ਼ਨ ਦੀ ਗੱਲ ਕਰੀਏ ਤਾਂ ਇਹ ਥਿਊਰੀ ਜਿਹੜੀ ਬੱਚਿਆਂ ਨੂੰ ਮੋਰਲ ਵੈਲਿਊ ਦੇਣ ਦੇ ਵਿੱਚ ਸਹਾਇਕ ਹੈ ਜੀ। ਸੋ ਇਹਦੇ ਨਾਲ ਜਿਹੜੀ ਹੈਬਿਟ ਜਿਹੜੀ ਫਾਰਮੇਸ਼ਨ ਵਿੱਚ ਵੀ ਇਹ ਥਿਊਰੀ ਜਿਹੜੀ ਸਹਾਇਕ ਹੈ, ਹੈਬਿਟ ਫਾਰਮੇਸ਼ਨ ਬੱਚਿਆਂ ਦੀ ਆਦਤ ਨੂੰ ਪੱਕਾ ਕਰਨ ਦੇ ਵਿੱਚ, ਆਦਤ ਬਣਾਉਣ ਦੇ ਲਈ ਹੈਬਿਟ ਫਾਰਮੇਸ਼ਨ ਦੇ ਵਿੱਚ ਵੀ ਜਿਹੜੀ ਇਹ ਵਾਲੀ ਜਿਹੜੀ ਥਿਊਰੀ ਹੈ ਇਹ ਸਹਾਇਕ ਹੈ ਜੀ। ਥਰਡ ਹੈ ਜੀ ਮੈਂਟਲੀ ਰਿਟੈਂਡਡ, ਠੀਕ ਹੈ, ਮੈਂਟਲੀ ਰਿਟੈਂਡਡ ਮਤਲਬ ਦਿਮਾਗੀ ਤੌਰ 'ਤੇ ਕਮਜ਼ੋਰ ਨੇ ਜਿਹੜੇ ਬੱਚੇ, ਉਹਨਾਂ ਨੂੰ ਇਸ ਥਿਊਰੀ ਅਨੁਸਾਰ ਪੜ੍ਹਾਇਆ ਜਾ ਸਕਦਾ, ਠੀਕ ਹੈ, ਜਿਹੜੇ ਮੈਂਟਲੀ ਰਿਟਾਰਡਡ ਨੇ ਬੱਚੇ, ਠੀਕ ਹੈ, ਮੈਂਟਲੀ ਰਿਟਾਰਡਡ ਨੇ ਜਿਹੜੇ ਬੱਚੇ ਮਤਲਬ ਦਿਮਾਗੀ ਤੌਰ 'ਤੇ ਕਮਜ਼ੋਰ ਨੇ ਜਿਹੜੇ ਬੱਚੇ, ਤਾਂ ਉਹਨਾਂ ਨੂੰ ਜਿਹੜਾ ਇਸ ਥਿਊਰੀ ਦੇ ਅਨੁਸਾਰ ਜਿਹੜਾ ਪੜ੍ਹਾਇਆ ਉਹ ਜਾ ਸਕਦਾ। ਮੈਂਟਲੀ ਰਿਟਾਰਡਡ, ਮੈਂਟਲੀ ਰਿਟਾਰਡਡ ਨੇ ਜਿਹੜੇ ਬੱਚੇ, ਮੈਂਟਲੀ ਰਿਟਾਰਡਡ ਮਤਲਬ ਦਿਮਾਗੀ ਤੌਰ 'ਤੇ ਕਮਜ਼ੋਰ ਨੇ ਜਿਹੜੇ ਬੱਚੇ, ਉਹਨਾਂ ਨੂੰ ਜਿਹੜਾ ਇਸ ਥਿਊਰੀ ਦੇ ਨਾਲ ਜਿਹੜਾ ਪੜ੍ਹਾਇਆ ਉਹ ਜਾ ਸਕਦਾ। ਸੋ ਘੱਟ ਆਈ ਕਿਊ ਲੈਵਲ ਵਾਲੇ ਜਿਹੜੇ ਬੱਚਿਆਂ ਦੇ ਲਈ ਵੀ ਇਹ ਜਿਹੜੀ ਥਿਊਰੀ ਚੰਗੀ ਹੈ। ਸੋ ਆਈ ਕਿਊ ਲੈਵਲ ਜਿਹੜੇ ਘੱਟ ਵਾਲੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਵੀ ਇਹ ਜਿਹੜੀ ਥਿਊਰੀ ਹੈ ਇਹ ਚੰਗੀ ਹੈ। ਆਈ ਕਿਊ ਲੈਵਲ ਘੱਟ ਵਾਲੇ ਬੱਚਿਆਂ ਲਈ ਇਹ ਜਿਹੜੀ ਚੰਗੀ ਥਿਊਰੀ ਹੈਗੀ ਹੈ। ਰਿਵਾਰਡ ਅਤੇ ਪਨਿਸ਼ਮੈਂਟ ਦੇ ਨਾਲ ਵੀ ਜਿਹੜੀ ਇਹ ਸੰਬੰਧਿਤ ਹੈ ਜੀ ਇਹ ਥਿਊਰੀ, ਰਿਵਾਰਡ ਐਂਡ ਪਨਿਸ਼ਮੈਂਟ ਦੇ ਨਾਲ, ਠੀਕ ਹੈ, ਇਹਦੇ ਨਾਲ ਵੀ ਜਿਹੜੀ ਕੰਡੀਸ਼ਨਿੰਗ ਆ ਉਹ ਕੀਤੀ ਜਾ ਸਕਦੀ, ਰਿਵਾਰਡ ਐਂਡ ਪਨਿਸ਼ਮੈਂਟ ਦੇ ਨਾਲ ਵੀ ਸੰਬੰਧਿਤ ਹੈ ਜੀ ਇਹ ਥਿਊਰੀ। ਸੋ ਐਜੂਕੇਸ਼ਨ ਇੰਪਲੀਕੇਸ਼ਨ ਦੀ ਗੱਲ ਕਰੀਏ ਤਾਂ ਮੋਰਲ ਵੈਲਿਊ ਦੇਣ ਦੇ ਵਿੱਚ ਸਹਾਇਕ ਹੈ ਜੀ ਇਹ ਥਿਊਰੀ, ਠੀਕ ਹੈ, ਇਹ ਥਿਊਰੀ ਬੱਚਿਆਂ ਨੂੰ ਮੋਰਲ ਵੈਲਿਊ ਦੇਣ ਦੇ ਵਿੱਚ ਸਹਾਇਕ ਹੈ, ਹੈਬਿਟ ਫਾਰਮੇਸ਼ਨ ਕਰਨ ਦੇ ਵਿੱਚ ਇਹ ਸਹਾਇਕ ਹੈ, ਮੈਂਟਲੀ ਰਿਟਾਰਡਡ ਬੱਚਿਆਂ ਦੇ ਲਈ ਇਹ ਥਿਊਰੀ ਬਹੁਤ ਵਧੀਆ ਜੀ, ਠੀਕ ਹੈ, ਆਈ ਕਿਊ ਲੈਵਲ ਘੱਟ ਵਾਲੇ ਬੱਚਿਆਂ ਦੇ ਲਈ ਇਹ ਚੰਗੀ ਹੈ ਥਿਊਰੀ, ਅਤੇ ਰਿਵਾਰਡ ਐਂਡ ਪਨਿਸ਼ਮੈਂਟ ਦੇ ਨਾਲ ਵੀ ਸੰਬੰਧਿਤ ਹੈ ਜੀ ਇਹ ਥਿਊਰੀ। ਨੈਕਸਟ ਆਪਾਂ ਗੱਲ ਕਰੀਏ ਡੀਮੈਰਿਟਸ ਦੀ, ਡੀਮੈਰਿਟਸ ਦੀ ਆਪਾਂ ਗੱਲ ਕਰੀਏ ਤਾਂ ਡੀਮੈਰਿਟਸ ਦੀ ਗੱਲ ਕਰੀਏ ਤਾਂ ਬਹੁਤ ਸਮਾਂ ਜਿਹੜਾ ਖਰਾਬ ਕਰਨ ਵਾਲੀ ਹੈ ਥਿਊਰੀ, ਬਹੁਤ ਜ਼ਿਆਦਾ ਜਿਹੜਾ ਸਮਾਂ ਖਰਾਬ ਹੁੰਦਾ ਜੀ ਇਸ ਥਿਊਰੀ ਦੇ ਨਾਲ। ਸੈਕਿੰਡ ਹੈ ਜੀ ਬੱਚਾ ਬੋਰ ਹੋ ਜਾ, ਸਮਾਂ ਕਿਵੇਂ ਖਰਾਬ ਹੁੰਦਾ ਕਿਉਂਕਿ ਵਾਰ ਵਾਰ ਜਿਹੜੀ ਰੈਪੀਟੇਸ਼ਨ ਜਿਹੜੀ ਕੀਤੀ ਜਾਂਦੀ ਹੈ, ਦੁਹਰਾਓ ਕੀਤਾ ਜਾਂਦਾ ਹੈ, ਠੀਕ ਹੈ, ਤਾਂ ਬਹੁਤ ਸਾਰਾ ਜਿਹੜਾ ਸਮਾਂ ਇਹਨੂੰ ਜਿਹੜਾ ਲੱਗਦਾ ਬੱਚੇ ਨੂੰ ਇਸ ਥਿਊਰੀ ਰਾਹੀਂ ਸਿਖਾਉਣ ਦੇ ਲਈ। ਸੋ ਸੈਕਿੰਡ ਹੈ ਜੀ ਬੱਚਾ ਬੋਰ ਹੋ ਜਾਂਦਾ ਹੈ, ਬੋਰ ਕਿਵੇਂ ਹੋ ਜਾਂਦਾ ਕਿਉਂਕਿ ਵਾਰ ਵਾਰ ਬੱਚੇ ਤੋਂ ਵਾਰ ਵਾਰ ਉਹੀ ਚੀਜ਼ ਜਿਹੜੀ ਕਰਵਾਈ ਜਾ ਰਹੀ ਹੈ, ਤਾਂ ਇਹਦੇ ਨਾਲ ਜਿਹੜਾ ਬੱਚਾ ਹੈ ਉਹ ਬੋਰ ਹੋ ਜਾਂਦਾ। ਥਰਡ ਹੈ ਜੀ ਇੰਟੈਲੀਜੈਂਟ ਬੱਚਿਆਂ ਲਈ ਇਹ ਸਹੀ ਨਹੀਂ ਹੈ ਥਿਊਰੀ, ਸਿਰਫ ਜਿਨ੍ਹਾਂ ਦਾ ਆਈ ਕਿਊ ਲੈਵਲ ਘੱਟ ਹੈ, ਜਿਹੜੇ ਕਮਜ਼ੋਰ ਆ ਬੱਚੇ, ਮੈਂਟਲੀ ਰਿਟਾਰਡਡ ਬੱਚੇ ਨੇ, ਉਹਨਾਂ ਦੇ ਲਈ ਜਿਹੜੀ ਇਹ ਵਾਲੀ ਜਿਹੜੀ ਥਿਊਰੀ ਹੈ ਸਹੀ ਹੈ। ਇੰਟੈਲੀਜੈਂਸ ਬੱਚਿਆਂ ਦੇ ਲਈ, ਇੰਟੈਲੀਜੈਂਟ ਬੱਚਿਆਂ ਦੇ ਲਈ ਇਹ ਜਿਹੜੀ ਥਿਊਰੀ ਹੈ ਸਹੀ ਨਹੀਂ ਹੈ। ਫੋਰ ਨੰਬਰ 'ਤੇ ਜੀ ਸਾਰੇ ਬੱਚਿਆਂ 'ਤੇ ਇਹ ਜਿਹੜੀ ਥਿਊਰੀ ਆ ਲਾਗੂ ਨਹੀਂ ਹੁੰਦਾ।
ਜੇਕਰ ਆਪਾਂ ਸਾਰੇ ਬੱਚਿਆਂ ਦੀ ਗੱਲ ਕਰੀਏ ਤਾਂ ਸਾਰੇ ਬੱਚਿਆਂ ਤੇ ਜਿਹੜੀ ਥਿਊਰੀ ਹੈ ਜੀ ਇਹ ਲਾਗੂ ਨਹੀਂ ਹੁੰਦੀ। ਸੋ ਸਾਰੇ ਬੱਚਿਆਂ ਤੇ ਇਹ ਵਾਲੀ ਜਿਹੜੀ ਥਿਊਰੀ ਹੈ ਜੀ ਸਾਰੇ ਬੱਚਿਆਂ ਤੇ ਇਹ ਵਾਲੀ ਜਿਹੜੀ ਥਿਊਰੀ ਹੈ ਇਹ ਲਾਗੂ ਨਹੀਂ ਹੁੰਦੀ। ਸੋ ਇਹ ਸੀਗੀਆਂ ਜੀ ਇਹਦੀਆਂ ਜਿਹੜੀਆਂ ਮੈਰਿਟਸ ਤੇ ਜਿਹੜੀਆਂ ਇਹਦੀਆਂ ਡੀਮੈਰਿਟਸ। ਸੋ ਇਹ ਕੰਪਲੀਟ ਥਿਊਰੀ ਸੀ ਜੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ, ਜਿਹਦੇ ਵਿੱਚ ਆਪਾਂ ਡੋਗ ਐਕਸਪੈਰੀਮੈਂਟ ਦੇ ਬਾਰੇ ਦੇ ਵਿੱਚ ਪੜ੍ਹਿਆ, ਅਤੇ ਉਹ ਪੱਲਵ ਨੇ ਕਿਹਾ ਕਿ ਬੱਚੇ ਨੂੰ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਇਆ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਨੈਚੁਰਲ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾ ਸਕਦੇ ਹੋ ਤਾਂ ਬਹੁਤ ਵਧੀਆ ਹੈ, ਜੇਕਰ ਪੋਸੀਬਲ ਨਹੀਂ ਹੈ ਨੈਚੁਰਲ ਕੰਡੀਸ਼ਨ ਦੇ ਵਿੱਚ ਪਾ ਕੇ ਸਿਖਾਉਣਾ ਤਾਂ ਬੱਚੇ ਨੂੰ ਜਿਹੜਾ ਆਰਟੀਫਿਸ਼ਲ ਜਿਹੜਾ ਕੰਡੀਸ਼ਨ ਦੇ ਵਿੱਚ ਪਾ ਕੇ ਜਿਹੜਾ ਸਿਖਾਇਆ ਹੈ ਉਹ ਜਾਣਾ ਚਾਹੀਦਾ ਹੈ। ਠੀਕ ਹੈ, ਸੋ ਇਹਦੇ ਵਿੱਚ ਜਿਹੜਾ ਇਹਨੇ ਜਿਹੜਾ ਐਕਸਪੈਰੀਮੈਂਟ ਹੈ ਕੀਤਾ, ਅਤੇ ਜਿਹੜੇ ਘੱਟ ਆਈ ਕਿਊ ਲੈਵਲ ਵਾਲੇ ਬੱਚੇ ਨੇ ਜਾਂ ਮੈਂਟਲੀ ਰਿਟਾਰਡਡ ਬੱਚੇ ਨੇ ਉਹਨਾਂ ਦੇ ਲਈ ਇਹ ਥਿਊਰੀ ਬਹੁਤ ਹੀ ਜ਼ਿਆਦਾ ਜਿਹੜੀ ਹੈਲਪਫੁਲ, ਮਤਲਬ ਉਹਨਾਂ ਨੂੰ ਸਿਖਾਉਣਾ ਹੋਵੇ ਤਾਂ ਇਹ ਥਿਊਰੀ ਬਹੁਤ ਹੀ ਵਧੀਆ ਹੈ। ਠੀਕ ਹੈ, ਤਾਂ ਇਹਦੀਆਂ ਮੈਟਸ ਸੀ ਡੀਮੈਟਸ ਸੀ ਪੜ੍ਹੀਆਂ ਆਪਾਂ। ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਉ ਜੀ, ਸ਼ੇਅਰ ਕਰ ਦਿਉ ਜੀ, ਅਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਉ ਮੈਨੂੰ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਅਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਦੀ ਨਾਲ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਉ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਹੈ ਜੋ ਤੁਹਾਡੇ ਤੱਕ ਪਹੁੰਚ ਸਕਣ। ਥੈਂਕਸ ਫਾਰ ਵਾਚਿੰਗ।